बॉलीवुड फिल्मां च अपना लोहा मनवाउण वाले दिग्गज अदाकार मंगल ढिल्लों दा दो दिन पहला देहांत हो गया। मंगल ढिल्लों बॉलीवुड दी मशहूर फिल्मां च काम कर चुके ने, जिस करके पंजाब दा नाम पूरे देश दे विच रोशन होया। मंगल ढिल्लों दा जन्म फरीदकोट जिले दे विच होया सी, पर उन्हां ने समराला दे पिंड नीलों विखे अपना घर बनाया होया सी अते अपने कर्म भूमि दे नाल जुड़े हुए सन। मंगल ढिल्लों पिछले कई सालां तो नीलों विखे अपने घर दे विच रह रहे सन ਅਤੇ ਜ਼ਿੰਦਗੀ ਦੇ ਚੰਗੇ ਮਾੜੇ ਪਲਾਂ ਨੂੰ ਦੋਸਤਾਂ ਦੇ ਨਾਲ ਸਾਂਝਾ ਕਰਦੇ ਸਨ। ਇੱਥੇ ਉਹ ਆਪਣੀ ਜ਼ਮੀਨ ਤੇ ਖੇਤੀ ਵੀ ਕਰਦੇ ਸਨ। ਪਿਛਲੇ 6 ਮਹੀਨਿਆਂ ਤੋਂ ਮੰਗਲ ਨੀਲੋ ਘਰ ਵਿਖੇ ਰਹਿ ਰਹੇ ਸਨ ਤੇ ਇੱਥੇ ਹੀ ਕੈਂਸਰ ਦੀ ਬਿਮਾਰੀ ਦਾ ਇਲਾਜ ਕਰਵਾ ਰਹੇ ਸਨ। ਉਹਨਾਂ ਦੀ ਇੱਛਾ ਸੀ ਕਿ ਉਹ ਪੰਜਾਬ ਦੀ ਧਰਤੀ ਤੇ ਆਖਰੀ ਸਾਹ ਲੈਣ, ਇਸੇ ਲਈ ਪਿੰਡ ਨੀਲੋ ਵਿਖੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ, ਜਿੱਥੇ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਪੁੱਛੀਆਂ। ਉਹਨਾਂ ਦੇ ਪੁੱਤਰ ਨਾਨਕ ਢਿੱਲੋਂ ਨੇ ਮੁੱਖ ਅਗਨੀ ਦਿੱਤੀ ਤੇ ਪੰਜ ਤੱਤਾਂ ਚ ਵਲੀਨ ਹੋ ਗਏ। ਮੰਗਲ ਪਾਂਡੇ ਦੇ ਦੇਹਾਂਤ ਦੇ ਨਾਲ ਜਿੱਥੇ ਫਿਲਮ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਤਾਂ ਉੱਥੇ ਹੀ ਪਰਿਵਾਰ ਨੂੰ ਵੀ ਘਾਟਾ ਪਿਆ। ਸ਼ਵਿੰਦਰ ਮਹਿਲ ਮੇਰਾ ਨਾਮ ਹੈ, ਮੈਂ ਐਸੋਸੀਏਸ਼ਨ ਦਾ ਵਾਈਸ ਪ੍ਰੈਜ਼ੀਡੈਂਟ ਹੈ। ਸਾਡੀ ਸਿਨੇ ਆਰਟਿਸਟ ਐਸੋਸੀਏਸ਼ਨ ਦੇ ਹੈ, ਸਾਡੇ ਪੂਰੇ ਆਏ ਹੋਏ, ਸਾਡਾ ਸੈਕਟਰੀ ਵੀ ਆਇਆ ਹੋਇਆ, ਹੋਰ ਆਰਟਿਸਟ ਵੀ ਆਏ ਹੈ। ਗਿਰਜਾ ਜੀ ਸਪੈਸ਼ਲ ਆ ਰਹੇ ਹੈ, ਆ ਕੇ ਉਹ ਤੋਂ ਪਟਿਆਲੇ ਜਾ ਰਹੇ ਸੀ, ਉਹਨਾਂ ਨੂੰ ਨਹੀਂ ਸੀ ਪਤਾ। ਨੈਚੁਰਲੀ ਉਹਨਾਂ ਦਾ ਤਾਂ ਕੀ ਹੈ, ਜਿਹੜਾ ਬੰਦਾ ਬੋਂਬੇ ਛੱਡ ਕੇ ਇੱਥੇ ਆ ਕੇ ਕੁਛ ਕਰਨ ਵਾਸਤੇ ਜੁੜਿਆ ਹੋਇਆ ਸੀ, ਅਚਾਨਕ ਇਸ ਹਾਲ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੈ ਪਹੁੰਚੇ। ਸੋ ਇਟਸ ਵੈਰੀ ਵੈਰੀ ਸੈਡ ਟੂ ਸੇ ਕਿ ਵੀ ਜਿਹੜਾ ਬੰਦਾ ਜਾਂਦਾ ਹੈ, ਜੇ ਉਹਦੀਆਂ ਚੀਜ਼ਾਂ ਅਧੂਰੀਆਂ ਰਹੀਆਂ ਹੋਈਆਂ ਹੁੰਦੀਆਂ, ਕਰਨ ਵਾਲੀਆਂ ਪੂਰੀਆਂ ਨਹੀਂ ਹੁੰਦੀਆਂ ਜਾਂ ਕਰਕੇ ਨਹੀਂ ਜਾਂਦਾ, ਤਾਂ ਨੈਚੁਰਲੀ ਸਾਡੀ ਟ੍ਰੇਡ ਨੂੰ, ਸਾਡੀ ਇੰਡਸਟਰੀ ਨੂੰ ਘਾਟਾ ਤਾਂ ਹੈ ਹੀ। ਔਰ ਬਹੁਤ ਹੀ ਹਟ ਕੇ ਉਹਨਾਂ ਨੇ ਕੰਮ ਕੀਤੇ ਸੀਗੇ ਔਰ ਜੁੜੇ ਹੋਏ ਸੀਗੇ, ਪਰ ਦੇਖੋ ਨਾ ਕਿੰਨੀ ਇੱਥੇ ਰਮਣੀਕ ਜਗ੍ਹਾ ਦੇ ਵਿੱਚ ਆ ਕੇ ਉਹਨਾਂ ਨੇ ਖਾਣ ਦੇ ਵਿੱਚ ਆਪਣਾ ਇਹਨਾਂ ਨੇ ਵਸੇਰਾ ਬਣਾਇਆ ਸੀ ਅਤੇ ਕੁਛ ਕਰਨਾ ਸੀਗਾ, ਨਹੀਂ ਕਰ ਸਕੇ। ਸੋ ਅਸੀਂ ਬਹੁਤ ਪੁਰਾਣੇ ਮਿੱਤਰ ਰਹਿ ਚੁੱਕੇ ਹੋਏ ਹਾਂ ਬੋਂਬੇ ਤੋਂ, ਅਤੇ ਸਾਨੂੰ ਵੀ ਅਚਾਨਕ ਪਤਾ ਲੱਗਿਆ ਮਲਕੀਤ ਰਾਣੀ ਨੂੰ ਵੀ ਸਾਨੂੰ, ਅਸੀਂ ਆਏ ਉਚੇਚੇ ਤੌਰ 'ਤੇ, ਅਤੇ ਹੁਣ ਅੱਗੇ ਭੋਗ ਦੇ ਉੱਤੇ ਆ, ਬਾਕੀ ਲੋਕਾਂ ਨੂੰ ਪਤਾ ਲੱਗੇਗਾ ਜਿਵੇਂ ਜਿਵੇਂ ਤੁਹਾਡੇ ਥਰੂ ਮੀਡੀਆ ਦੇ ਥਰੂ ਪਤਾ ਅੱਗੇ ਵੀ ਲੱਗੇਗਾ, ਅਤੇ ਨੈਚੁਰਲੀ ਹੋਰ ਆ ਕੇ ਆਪਣੀ ਸ਼ਰਧਾਂਜਲੀ ਦੇਣਗੇ। ਸੋ ਅਸੀਂ ਸਾਰੇ ਆ, ਸਾਡੀ ਸੰਸਥਾ ਦੇ ਵੱਲੋਂ ਅਸੀਂ ਆ ਕੇ ਇਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ, ਸਕ੍ਰੀਮੀਨੇਸ਼ਨ 'ਤੇ ਪਹੁੰਚੇ। ਮੇਰਾ ਨਾਮ ਗਿਰਜਾ ਸ਼ੰਕਰ ਹੈ ਜੀ। ਬੜੇ ਅਫਸੋਸ ਦੀ ਘੜੀ ਹੈ ਜੀ, ਮੰਗਲ ਢਿੱਲੋਂ ਮੇਰੇ ਬਹੁਤ ਅਜ਼ੀਜ਼ ਦੋਸਤ ਸੀ, ਬੜੇ ਅੱਛੇ ਬਹੁਪੱਖੀ ਕਲਾਕਾਰ ਸੀ, ਔਰ ਇਹ ਅਚਾਨਕ ਉਹਨਾਂ ਦਾ ਜਾਣਾ ਇਹ ਬਹੁਤ 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 ਹੀ ਸ਼ੋਕਨੀ ਹੈ ਜੀ। ਇਹਨਾਂ ਦੀ ਬਹੁਤ ਦੇਣ ਹੈ, ਇਹਨਾਂ ਨੇ ਰਾਈਟਿੰਗ 'ਚ ਵੀ, ਐਕਟਿੰਗ 'ਚ ਵੀ, ਨਿਰਦੇਸ਼ਨ ਦੇ ਵਿੱਚ ਵੀ ਬਹੁਤ ਕੰਮ ਕੀਤਾ ਹੈ, ਔਰ ਇਸ ਤਰ੍ਹਾਂ ਹੀ ਸਭ ਦੀ ਆਪਣੀ ਆਪਣੀ ਦੇਣ ਹੁੰਦੀ ਹੈ, ਤਾਂ ਹੀ ਫਿਲਮ ਇੰਡਸਟਰੀ ਚੱਲ ਰਹੀ ਹੈ। ਗੱਲ ਕਰੀਏ ਫਿਲਮ ਇੰਡਸਟਰੀ, ਜਿਵੇਂ ਕਿ ਇਹਨਾਂ ਨੇ ਕਾਫੀ ਫਿਲਮਾਂ ਵੀ ਲਿਖੀਆਂ ਨੇ, ਅਤੇ ਇਸ ਅੰਤਿਮ ਸਮੇਂ ਇੰਡਸਟਰੀ ਵੱਲੋਂ ਬਹੁਤ ਘੱਟ ਦੇਖਣ ਨੂੰ ਮਿਲੇ। ਮੇਰੇ ਹਿਸਾਬ ਨਾਲ ਇਸ ਤਰ੍ਹਾਂ ਹੈ ਕਿ ਜਦ ਤੱਕ ਨਿਊਜ਼ ਪਤਾ ਚੱਲਦੀ ਹੈ, ਔਰ ਕੋਸ਼ਿਸ਼ ਤਾਂ ਜਿਵੇਂ ਮੇਰਾ ਵੀ ਕੋਈ ਪ੍ਰੋਗਰਾਮ ਹੈ ਨਹੀਂ ਸੀ, ਮੈਂ ਕੋਸ਼ਿਸ਼ ਕੀਤੀ, ਮੈਂ ਪਹੁੰਚ ਗਿਆ। ਇਸੇ ਤਰ੍ਹਾਂ ਕਈ ਵਾਰੀ ਸ਼ਾਇਦ ਜਿਹੜੇ ਹੋਰ ਵੀ ਬੰਬੇ ਤੋਂ ਨੇ ਜਾਂ ਪੰਜਾਬ ਤੋਂ ਨੇ ਇਸ ਸਮੇਂ ਨਹੀਂ ਪਹੁੰਚ ਸਕੇ, ਲੇਕਿਨ ਮੈਨੂੰ ਲੱਗਦਾ ਅੱਜ ਕੱਲ੍ਹ ਜ਼ਰੂਰ ਉਹ ਆ ਕੇ ਆਪਣੀ ਹਾਜ਼ਰੀ ਭਰਨਗੇ। ਫਿਲਮ ਦੇ ਕਿਰਦਾਰ ਦੀ ਗੱਲ ਕਰੀਏ, ਅਸਲ ਜ਼ਿੰਦਗੀ ਦੇ ਕਿਰਦਾਰ ਦੀ ਗੱਲ ਕਰੀਏ, ਕਿੱਦਾਂ ਮੈਂ ਤੁਹਾਡੇ ਨਾਲ ਉਹਨਾਂ ਦਾ ਹੋ ਸੀਗਾ? ਮੇਰੇ ਨਾਲ ਜੀ ਉਹਨਾਂ ਦਾ ਅਸਲ ਜ਼ਿੰਦਗੀ ਦਾ ਕੀ ਰਿਸ਼ਤਾ ਸੀਗਾ ਅਤੇ ਫਿਲਮ ਦੇ ਕਿਰਦਾਰ ਦਾ ਵੀ ਰਿਸ਼ਤਾ ਸੀਗਾ। ਇਹਨਾਂ ਨੇ ਬੁਨਿਆਦ ਸੀਰੀਅਲ ਦੇ ਵਿੱਚ ਮੇਰੇ ਮੁੰਡੇ ਦਾ ਰੋਲ ਕੀਤਾ ਸੀ, ਮੈਂ ਰਲੀਆ ਰਾਮ ਸੀ, ਇਹਨਾਂ ਨੇ ਰਾਮ ਲੁਭਾਏ ਦਾ ਰੋਲ ਕੀਤਾ ਸੀ, ਔਰ ਸਾਡਾ ਵੈਸੇ ਵੀ ਜ਼ਾਤੀ ਤੌਰ 'ਤੇ ਬਹੁਤ ਅੱਛਾ ਇੱਕ ਸੰਬੰਧ ਸੀ, ਮੇਰੇ ਬੜੇ ਅੱਛੇ ਅਜ਼ੀਜ਼ ਦੋਸਤ ਹੈ, ਦੋਸਤ ਸੀ, ਔਰ ਅਸੀਂ ਅਕਸਰ ਗੱਲਾਂ ਕਰਦੇ ਸੀ, ਚੰਗੀਆਂ ਗੱਲਾਂ ਕਰਦੇ ਸੀ, ਐਂਡ ਹੀ ਵਾਜ਼ ਵੈਰੀ ਅਵੇਅਰ ਐਂਡ ਫਿਲੋਸਫਰ, ਬੜੀ ਅੱਛੀਆਂ ਇਹਨਾਂ ਦੀ ਸੋਚ ਸੀ, ਔਰ ਕਰਦੇ ਵੀ ਸੀ, ਔਰ ਲੋਕਾਂ ਦੇ ਨਾਲ ਕਾਉਂਸਲਿੰਗ ਵੀ ਕਰਦੇ ਸੀ। ਇਹ ਸਮਾਂ, ਇਹ ਇਸ਼ੂ ਐਸਾ ਹੁੰਦਾ ਕਿ ਜਦੋਂ ਕਿਸੇ ਦਾ ਵੱਸ ਨਹੀਂ ਚੱਲਦਾ, ਜਦੋਂ ਹਰ ਇਨਸਾਨ ਦੀ ਯਾਤਰਾ ਇਸ ਸੰਸਾਰਿਕ ਜੀਵਨ 'ਚ ਪੂਰੀ ਹੋ ਜਾਂਦੀ ਹੈ, ਫਿਰ ਤਾਂ ਉਹ ਮਤਲਬ ਜਾਣਾ ਹੈ। ਬਟ ਹਾਂ, ਇਹਨਾਂ ਦੀ ਕਮੀ ਹਮੇਸ਼ਾ ਖਲੇਗੀ ਸਾਨੂੰ, ਹਮੇਸ਼ਾ ਇਹਨਾਂ ਦੀ ਕਮੀ ਭਰਪਾਈ ਹੋਣਾ ਬਹੁਤ ਔਖਾ ਹੈ।
देखो एक बहुत बड़ा नाम सेगा मंगल जी का फिल्म इंडस्ट्री से, चाहे बतौर एक्टर गल कर लिए चाहे डायरेक्टर गल कर लिए। दूजी गल करिए जे आप पिछे जी फिल्म आई ने सिक्खी के उपर आई ने तो बहुत वीड्डी देना उरे भी सिक्खी का बहुत प्रचार करते थे। जो मैं लास्ट टाइम 6 महीने तो इतने जो बीमार से कल भाणा वापरिया कल तो मतलब ये घाटा जोड़ा ये कभी पूरा नहीं हो सकता। बस परमात्मा अगे यही दुआ करते हैं भी परमात्मा अपने चरणों जगह दे तो परिवार को भाणा मनण का बल बख्शे। मास्टर तरलोचन सिंह फिल्म राइटर लेखकों का आगू पर मंगल ढिल्लों जी जिहड़े अज साडे च नहीं जिन्हां दे असी संस्कार ते पहुंचे हैं वो बहुत वड्डी शख्सियत सीगी ते मैनू लगता कि दुख इस गल का बहुत ज़्यादा है कि असी पिछले काफ़ी लंबे समय तो दोस्तों वांगू विचरते आए हैं। मंगल ढिल्लों जी जिहड़े सीगे वो थिएटर दे नाटकां दे बहुत वड्डे कलाकार सीगे। यो बंदा है वाहद एक बंदा जिन्हें गुरशरण सिंह का नाटक जिहड़ा बाबा बोलदा है इंदिरा गांधी के कतल तो बाद जिहड़ा उन्होंने लिखिया सी गुंडागर्दी बारे दिल्ली में जिहड़ी हुई है ये 17 सैक्टर के विच नुक्कड़ नाटक के तौर पर खेडदे पुलिस ने अरैसट किए थे। उस तो बाद बॉम्बे चले गए। असी जा तुसी सारे जिहड़े पुराने बंदे आ जानते होंगे कि जनून सीरियल जिहड़ा वो बहुत लंबा सीरियल चलिया सीगा ते मंगल ढिल्लों का मेन रोल सी। सानू खुशी हुंदी सी कि साडा मित्र साडा बंदा साडा जिहनूं असीं जाणदे हैं जिहड़ा एक कोटकपुरे दे लागे वांदर जटाणे पिंड तों उठ के एडी बड़ी शख्सियत बणदा है फिर मुड़ के फिल्मां दे विच रोल कीते फिल्मां लिखियां ते जिहदे चों तुसीं श्री देवी ते अनिल कपूर दी हीर रांझा उहनां दी लिखी हुई सी उन्हां दी आवाज़ दे विच ओह चीज़ सी जिहड़ी मेरे ख्याल आ कि पंजाब दे किसे ना थिएटर एक्टर कोल है ते ना फिल्म दे विच अमरीश पुरी दी जिवें आपां आवाज़ दी गल करदे हां उस तरह दी आवाज़ मंगल ढिल्लों साहब दी सीगी। ते समराले दे लागे होण करके थोड़ा जिहा इक इह हुंदा रिहा कि मिलण दा सबब ज़्यादा बणदा रिहा परिवारक भी थोड़ा बण जांदा। सो एडे बड़े बंदे दा इस तरह चलिया जाना बहुत बहुत वड्डा घाटा है। वो लेखक सी एक्टर सी डायरेक्टर सी उन्हें फिल्मां बहुत सारिया जिहड़ियां ने वो आप रोल भी कीते ते नाल उन्हां तैयार भी कीतियां। एडी एडी वड्डी शख्सियत दा आई मतलब चले जाना बहुत दुखदाई है साडे सारिआं लई। मैं बतौर फिल्म राइटर मेरा फिल्म राइटर के तौर पर इन्हां नाल वधिया रहा थिएटर के तौर पर वधिया रहा तो मैनूं लगता कि एक वड्डी शख्सियत ने साडे सामने एक खला पैदा किया है तो मंगल ढिल्लों दूआ पंजाबी सिनेमा च पंजाबी थिएटर च नहीं है। सानू बड़ा दुख गलतियां ने आप खुद भी आप करैक्टर करते रहे ने वधिया ते पर इंडस्ट इन्हां दी अंतिम बधाई समय कोई पहुंचिया नज़र नहीं आ रहा है। हाँ जिन्ने आने चाहिए उन्ने नहीं पहुँचे होंगे पर जिहड़ी पंजाबी दी फिल्म इंडस्ट्री दी एसोसीएशन उहदे वल्लों 2 नुमाइंदे मैं देख रहा इत्थे मलकीत राउणी जी जिहड़े जनरल सैकटरी ने शिविंदर माल जी एक बहुत वधिया जिन्हां ने मंगल ढिल्लों साहब नाल भी कम किया जणी जिन्ने लोग आए ने उन्हां दी भी एक पहचान है होर लोग भी आए ने पर जिन्हां तुसीं कई बार प्रोमीनेंट बंदे गिणदे हैं क्योंकि बॉम्बे तो शायद दूर बहुत है बॉम्बे बहुता समा इन्होंने बॉम्बे लाया ये कारण हो सकता ये नहीं है कि आए नहीं पर जिन्हें आने चाहिए ने वो दे मुकाबलतन थोड़ी गिनती घट कह सकते हैं। मेरा नाम रणजीत कुमार है। अपना की रिश्ता सी बरदास जी की गल तो ढिले सी काफ़ी देर तो कुछ संस्था नाल गुरु जां सिखी नाल जुड़े हुए सी कुछ उस बारे हाँ जी ढिले सीगे बट इन्होंने अपने उस बहुत भरोसा सीगा पाठ पूजा से रब से है ना बॉम्बे बीमार हुए उत्थे मंगला लगी जदों हालत बिगड़ गई कहते मैं इतने नहीं रहना पंजाब जाना है मैं उत्थे गई हुई सी सो महीना लाया उत्थे उन्हां कोल कहते मैं तेरे नाल ही जाना मरना तो है ही है पता ही है पर मैं पंजाब इतने बॉम्बे नहीं मरना चाहता पंजाब से ही जाके मरना सो जिद करके इतने आ गए थे फिर ट्रीटमेंट शुरू हो गया इन्हें
हाँ जी, अपना की नाम है जी? राम सिंह ढिल्लों। अपने प्रेमिया का करमजीत सिंह ढिल्लों की डैथ हुई है, इन्हों की कुछ जानना पाओ, इतने कदों आए थे तो कि संस्था जुड़े थे? इतने ये 15 साल पहले आए थे, पहले फिल्म इंडस्ट्री से फिल्म करते सीरीज करते, उतों इन्हों दिमाग डाइवर्ट होया कि मतलब पैसा सब कुछ नहीं, सूरत कुछ नहीं, रब वाले पास जुड़ गए, अपने पर मिशन है सर रोकाओ खन्ना। की नाम है जी मिशन का? सर रोकाओ खन्ना। हाँ जी, इस मिशन वाले का नाम इन्हों नाम प्रेम पै गया, मैं इन्हों ने फिर बस। ये बीमार कितने दिन तो? बीमार 6-5 महीने, 5-6 महीने तो इन्ना असल जो है भुलेखे कि गैस की तो एसिडिटी की प्रॉब्लम हैगी है, खास कर नहीं ठीक सी कुछ हो जो जाँच कराई तो चंडीगढ़ों, इन्होंने डाउटफुल रिपोर्ट दी, क्लीयर नहीं दी। अच्छा, तो इन्हें डाउटफुल तो इन्ना खेल डाउटफुल है तो फिर आप चलते बॉम्बे, फिर नानावटी आसपास बॉम्बे गए, उसे जाके जाँच कराई, उत्थे क्लीयर आया, उन्होंने फिर कीमो कर दी, कीमो बर्दाश्त नहीं हुई, हालत बिगड़ी। संस्कार है।